ਗੇਟ ਜਾ ਮੇਰਾ ਸਾਲਾ, ਉਹੀ ਅੱਗ ਬਣਿਆ ਪਹਿਲਾਂ ਧੁੱਪ 'ਚ ਦੇਖ। ਆਲਿਆ ਫੁੱਫੜ, ਸਤਿ ਸ਼੍ਰੀ ਅਕਾਲ ਫੁੱਫੜ ਜੀ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਹੋਰ ਲੋਟਾ ਵਾਲਾ? ਹਾਂਜੀ ਹਾਂਜੀ ਵਧੀਆ, ਤੁਸੀਂ ਦੱਸੋ? ਹਾਂ ਹਾਂ ਵਧੀਆ। ਉਹ ਜਵਾਕ ਜਿਹੜਾ ਠੀਕ ਹੈ? ਹਾਂਜੀ ਵਧੀਆ। ਅੱਛਾ, ਠੀਕ ਹੈ। ਹੋਰ ਕਾਲੇ ਨੇ ਫੋਨ ਕਰਿਆ ਸੀ, ਸੁੱਖ ਸ਼ਾਂਤੀ ਹੈ? ਹਾਂ ਵਧੀਆ, ਸੁੱਖ ਸ਼ਾਂਤੀ ਹੈ। ਉਹੀ ਕਰ ਲਿਆ ਫੁੱਫੜ ਜੀ। ਅੱਛਾ, ਹੋਰ ਕਹਿੰਦਾ ਆ ਕੇ ਜਾ, ਮਹਾਂ ਚੱਲ ਭਾਈ ਆ ਜਾਂਦੇ ਆ। ਕਹਿੰਦਾ ਨਹੀਂ, ਊਂ ਤਾਂ ਟਾਈਮ ਲੱਗਦਾ ਨਹੀਂ ਕੰਮਾਂ ਕਰਦੇ। ਉਹੀ ਤਾਂ ਗੱਲ ਬੰਦਾ ਫੁੱਫੜ ਜੀ, ਊਂ ਤਾਂ ਤੁਸੀਂ ਆਉਣਾ ਨਹੀਂ, ਚਲ ਫੋਨ ਕਰਨ ਦੇ ਬਹਾਨੇ ਆ ਤਾਂ ਗਏ। ਆਹੋ, ਉਹ ਤਾਂ ਹੁਣ ਕਿੱਥੇ ਆਉਣ ਜਾਣ ਵਾਲਾ ਰਿਹਾ ਨਹੀਂ ਸਰੀਰ, ਮਤਲਬ ਹੁਣ ਗੋਡੇ ਨਹੀਂ ਛਾ ਦਿੰਦੇ। ਮੇਰਾ ਸਾਲ ਅੱਧਾ ਘੰਟਾ ਬੱਸ 'ਚ ਚੜ੍ਹਨ ਨੂੰ ਲੱਗਦਾ, ਅੱਧਾ ਘੰਟਾ ਉੱਤਰ ਨੂੰ ਲੱਗਦਾ। ਲਾਲਾ ਸਾਹਿਬ, ਲੈ ਫਿਰ ਫੁੱਫੜ ਜੀ, ਆਉਣਾ ਜਾਣਾ ਤਾਂ ਹੈਗੀ ਆ ਸਾਡੇ ਕੋਲ। ਆਉਣਾ ਜਾਣਾ ਤਾਂ ਮਤਲਬ ਹੈਗਾ, ਮੈਂ ਸਮਝਦਾ ਤੇਰੀ ਗੱਲ, ਸਹਿਮਤ ਆ। ਪੰਗਾ ਤਾਂ ਬਸ ਬੱਸਾਂ 'ਚ ਉੱਤਰ ਚੜ੍ਹਨਾ ਮਾਰ ਜਾਂਦਾ, ਹੋਰ ਨਹੀਂ ਕੋਈ ਦਿੱਕਤ। ਕੱਲ ਮੈਂ ਸੋਨੀ ਨੂੰ ਕਿਹਾ, ਮਾਰ ਲੈ ਮੈਨੂੰ, ਉਹ ਲੈ ਕੇ ਦੇ ਦੇ ਬੈਟਰੀ ਵਾਲੀ ਸਕੂਟਰੀ ਜੀ। ਅੱਛਾ, ਮੇਰੇ ਸਾਰੇ ਚਾਰੇ ਪੈਰ ਚੱਕ ਕੇ ਪਏ। ਕਹਿੰਦਾ ਮੈਂ ਤਾਂ ਫੋਨ ਲਿਆਉਣਾ ਨਵਾਂ, ਕਹਿੰਦਾ ਕੱਢ ਰਹੇ ਨੇ ਕੋਪਣੀ ਵਾਲੇ, ਪਤਾ ਨਹੀਂ ਕਿਹੜਾ ਲਿਆ ਕਿਹੜਾ ਨਾ। ਅੱਜ ਆ ਗਈਆਂ ਕਹਿੰਦਾ ਪਈਆਂ ਨੇ, ਇਹ ਤਾਂ ਥੋੜਾ ਟਾਈਮ ਹੀ ਹੋਇਆ ਫੁੱਫੜ ਜੀ। ਅੱਛਾ, ਲੈ ਦੇਖ ਲੈ, ਪਤਾ ਹੀ ਨਹੀਂ ਲੱਗਦਾ, ਬਹੁਤ ਟਾਈਮ ਬਾਅਦ ਆਇਆ ਭਾਈ ਮੈਂ ਤਾਂ। ਪਹਿਲਾਂ ਤਾਂ ਜੇ ਮੱਲਾ ਨਰਾਲਾ ਹੁੰਦਾ ਸੀ, ਉਹ ਸਾਰੀ ਇਹ ਬਾਣੀ ਬਾਣ ਮੇਰੇ ਨਾਲ ਤੱਪੜ ਬਾਣ ਲਾਲਾ ਸਾਹਿਬ। ਅੱਛਾ, ਹੋਰ ਹੁਣ ਤਾਂ ਆਏ ਨਹੀਂ ਜਾਂਦਾ ਕਿਸੇ ਪਾਸੇ, ਕੀ ਕਰੀਏ। ਗੇੜਾ ਮਾਰਦੇ ਰਿਹਾ ਕਰੋ ਬਸ, ਫੁੱਫੜ ਜੀ ਗੇੜਾ ਤਾਂ ਤੁਸੀਂ। ਵੱਜੀ ਪਿਆ, ਸਾਲ 6 ਮਹੀਨੇ ਨੇ ਹੁਣ ਟੱਪ ਕਰੂ, ਕਿਸੇ ਪਾਸੇ ਫੂਕ ਨਿਕਲਦੀ ਪਤਾ ਲੱਗੂਗਾ। ਆਏ ਨਾ ਬੋਲੋ ਫੁੱਫੜ ਜੀ, ਤੁਹਾਡੇ ਬਿਨਾ ਕੌਣ ਆ ਸਾਡਾ? ਆ ਨਹੀਂ ਪਿਆ ਕਾਲਾ, ਵਾਲੀਬਾਲ ਖੇਡਦਾ ਜਾਂ ਢੂਹੀ ਹਲਾ ਬੈਠਾ ਦਿਨ ਆ ਗਏ, ਤੂੰ ਤਾਂ ਹਜੇ ਤੁਰਿਆ ਫਿਰਦਾ, ਮੈਂ ਤਾਂ ਫਿਰ ਵੀ ਕੰਮ ਧੰਦੇ ਦਾ ਰਿਹਾ ਨੀ। ਅਸੀਂ ਤਾਂ ਫਿਰ ਐਂ ਤਾਂ ਚੇਪਾ ਚੇਪਾ ਕੜਾ ਦਾ ਖਾਧਾ ਹੋਇਆ, ਹੁਣ ਬੋਲਦਾ। ਬਸ ਉਹੀ ਗੱਲ ਆ, ਤੁਹਾਡੀਆਂ ਖੁਰਾਕਾਂ ਖਾਧੀਆਂ ਬੋਲਦੀਆਂ ਬਾਈ, ਇਹ 'ਚ ਕੋਈ ਸ਼ੱਕ ਨੀ। ਹੋਰ ਤੂੰ ਦੱਸ, ਮੈਨੂੰ ਫੋਨ ਕਰਾ ਦਿੰਦਾ ਉੱਥੇ ਅੱਡੇ ਤੋਂ ਕਿਸੇ ਤੋਂ? ਉਹ ਮਾਂ ਮੇਰੇ ਕਾਹ ਨੂੰ ਜਵਾਕ ਮੰਦਾ ਜੀ, ਕਹਿੰਦਾ ਖੇਤ ਬੰਨੇ ਹੋਏਗਾ। ਉਹ ਨਹੀਂ ਨਹੀਂ ਘਰੇ ਸੀ ਮੈਂ। ਅੱਛਾ, ਮਾਂ ਚੱਲ ਤੁਰੇ ਚੱਲਦੇ ਆ, ਵਧੀਆ ਹੱਡ ਭੱਖ ਜੂ ਇਤਨੇ। ਹੋਰ ਭੂਆ ਅਰਕੇ ਠੀਕ ਆ? ਭੂਆ ਤਾਂ ਠੀਕ ਮਾਂ, ਫੋਨ ਕਰਿਆ ਸੀ, ਕੀ ਹੋ ਗਿਆ ਸੀ? ਉਹ ਫੁੱਫੜਾ ਦੱਸਦਾ ਤੈਨੂੰ ਸਾਰੀ ਗੱਲ, ਹੈ ਰੌਲਾ ਹੋਰ ਹੋ ਗਿਆ ਵੀ ਆਪਣਾ ਲਾਡੀ ਨੀ ਛੋਟਾ। ਅੱਛਾ ਹਾਂ ਹਾਂ, ਜਾਣਦਾ ਚੰਗੀ ਤਰ੍ਹਾਂ। ਉਹਦੇ ਨਾਲ ਨਾ ਮੈਂ ਕੇਸ ਜਿਹਾ ਕਰ ਬੈਠਾ ਜ਼ਮੀਨ ਦਾ। ਅੱਛਾ ਕੀ? ਉਹ ਯਾਰ ਮੈਂ ਗਿਆ ਸੀ ਉਹਦੇ ਕੋਲੇ, ਤੈਨੂੰ ਮੈਂ ਸਾਰੀ ਗੱਲ ਹੁਣ ਸ਼ੁਰੂ ਤੋਂ ਦੱਸਦਾ, ਬਹਿ ਯਾਰ ਆਮਦਾਰੀ ਨਾ ਹੈ ਹਰਦਾ ਲੋਟ ਉਹ, ਤੈਨੂੰ ਪਤਾ ਹੀ ਆ ਵੀ ਮੈਂ ਹੋਰ ਪਤਾ, ਜਵਾਕਾਂ ਨੂੰ ਪਤਾ ਤੇਰੇ, ਪਤਾ ਤਾਂ ਸਾਰਿਆਂ ਨੂੰ ਹੀ ਆ। ਅੱਛਾ ਹੈ, ਲਿਆ ਭਾਈ, ਮੈਂ ਹੋਰ ਕਿਸੇ ਤੇ ਨਹੀਂ ਭੇਜਦਾ ਇੱਥੋਂ ਬਿਨਾ, ਪਰ ਫੜਾ ਨਾ ਹੋਵੇ ਵੱਲ ਇਹ। ਨਹੀਂ ਨਹੀਂ ਫੁੱਫੜ ਜੀ ਠੀਕ ਹੈ, ਪਾਣੀ ਤੌੜੇ ਵਾਲਾ ਪਾਣੀ ਪੀਣਾ ਕਲਿਆ। ਵਾਹ, ਤੇ ਹੁਣ ਆਇਆ ਫੁੱਫੜਾ ਗੱਲ ਆ ਵੀ ਮੈਂ ਤੈਨੂੰ ਹੁਣ ਰਾਏ ਲੈਣ ਖਾਤਰ ਇੱਥੇ ਆਏ ਬੁਲਾਇਆ ਵੀ ਇਹ ਨਹੀਂ ਹਟਦੀ ਪੰਗੇ ਕਰਨ ਨੂੰ, ਪੰਗੇ ਤਾਂ ਇਹਨੇ ਕਰੇ ਆ। ਹੈ ਕੀ ਹੋ ਗਿਆ? ਇਹ ਕਹਿੰਦੀ ਵੀ ਜਵਾਕ ਆਪਣਾ ਜਵਾਕ ਗੋਦ ਪਾਉਣਾ। ਅੱਛਾ ਹੈ, ਤੇ ਮੈਂ ਜਾ ਵੜਿਆ ਮਨਿੰਦਰ ਕੋਲੇ, ਉਧਰ ਲਾਡੀ ਦੇ ਘਰ ਵਾਲੀ ਕੋਲੇ। ਮੈਂ ਕਿਹਾ ਚੱਲ ਉਹਦੇ 3 ਕੁੜੀਆਂ 1 ਕੁੜੀ ਚੱਲ ਗੋਦ ਪਾ ਲੈਨੇ ਆ। ਤੇ ਉੱਥੇ ਤਾਂ ਮੇਰੇ ਤਾਂ ਲਾਡੀ ਨੇ ਗਲਾਵੇਂ ਚ ਹੱਥ ਪਾ ਲਿਆ ਫੁੱਫੜਾ ਯਾਰ। ਉਹ ਤਾਂ ਪਾਊਗਾ ਹੀ, ਤੂੰ ਅਕਲ ਕਿਉਂ ਨਹੀਂ ਆਉਂਦੀ? ਸਾਰੀ ਉਮਰ ਤਾਂ ਤੇਰੀ ਮਾਂ ਦੀ ਨਹੀਂ ਲੰਘੀ, ਕਿਸੇ ਮੇਰੇ ਛੜੋ ਰਿਸ਼ਤੇਦਾਰ ਦੀ ਰਹਿ ਰਹਿ ਰਿਆ ਕਰੋ ਮਾੜਾ ਮੋਟਾ, ਕੀ ਕੁਛ ਤਾਂ ਤੁਹਾਡੇ ਨਾਲ ਕਰੀਆਂ ਨੇ ਉਹਨਾਂ ਨੇ, ਬਦੀਆਂ ਕਰਕੇ ਹਜੇ ਤੁਸੀਂ ਗੋਦਾਂ 'ਚ ਕੁੜੀਆਂ ਪਵੋ ਨੇ। ਤੁਹਾਡੇ ਕਿਹੜੇ ਮੂੰਹ ਨੇ ਜਾਂਦੇ ਜਿਹੜੇ ਉੱਥੇ ਲੈ ਕੇ ਜਾਂਦੇ ਤੁਸੀਂ? ਕਿਹੜੇ ਮੂੰਹ ਲੈ ਕੇ ਜਾਂਦੇ? ਉਹ ਮੈਨੂੰ ਆਏ ਸੀ ਵੀ ਚੱਲ ਆਪਦਾ ਖੂਨ ਤਾਂ ਫਿਰ ਵੀ ਆਪਦਾ ਹੀ ਹੁੰਦਾ, ਹੈ ਵੀ ਜੇ ਕਿਸੇ ਹੋਰ ਦਾ ਖੂਨ ਗੋਦ ਪਾਵਾਂਗੇ ਕੀ ਪਤਾ ਕਿਹੋ ਜਿਹਾ ਨਿਕਲੂ ਸਵੇਰ ਨੂੰ। ਖੂਨ ਤਾਂ ਆਪਦਾ ਹੀ ਮੇਰਾ ਅੱਜ ਕੱਲ੍ਹ ਗੰਦਲਾ ਹੋਇਆ ਪਿਆ, ਖੂਨ ਸਫੇਦ ਹੋਏ ਫਿਰਦੇ ਨੇ, ਕਿਹੜੇ ਖੂਨਾਂ ਦੀ ਗੱਲ ਕਰਦਾ ਕਾਲਿਆ? ਉਹ ਚੱਲ ਉਹ ਤਾਂ ਤੂੰ ਛੱਡ, ਹੁਣ ਮੇਰੀ ਗੱਲ ਸੁਣ ਸਾਰੀ। ਤਾਂ ਬਾਲਾ ਮੇਰੇ ਛੜਦਾ ਘਟਦੀ ਦਾ ਪੈਣਾ ਆ ਗਿਆ ਭਾਈ, ਮੈਂ ਕਰਤਾ ਉਹਦੇ ਤੇ ਕੇਸ ਮੁੜ ਕੇ। ਮੈਂ ਕਿਹਾ ਜਦੋਂ ਇਹ ਅੱਜ ਗੱਲ 'ਚ ਹੱਥ ਪਾਉਂਦਾ ਤੇ ਮੈਂ ਤਾਂ ਉਹਦਾ ਹਿੱਸਾ ਵੀ ਛੱਡੀ ਬੈਠਾ ਉਹਨੂੰ ਜ਼ਮੀਨ ਦਾ। ਹਾਂ, ਹਿੱਸਾ ਉਹਨੂੰ ਕਿਉਂ ਛੱਡਣ, ਤੂੰ ਸਾਰੀ ਹਿੱਸਾ ਤੇ ਰਿਹਾ ਉਹ ਸਾਰਾ ਤਾਂ ਫੁੱਫੜਾ ਕਾਹਨੂੰ ਆਏ ਤਾਂ ਹੁਣ ਭਰਾ ਮੇਰਾ ਉਹ ਅੱਧ ਦਾ ਮਾਲਕ ਤਾਂ ਹੈਗਾ ਹੀ ਆ। ਕਾਹਨੂੰ ਆ ਭਰਾ, ਮੈਂ ਅੱਜ ਤੱਕ ਕਦੇ ਆਪਣੀ ਗੱਲ ਨਹੀਂ ਹੋਈ ਆ ਗੱਲ ਤੇ ਜਿਹੜੀ ਮੈਂ ਤੈਨੂੰ ਹੁਣ ਦੱਸ ਰਿਹਾ। 20 ਸਾਲ ਹੋ ਗਏ, ਤੂੰ ਤੀ ਉਦੋਂ ਨਿਆਣਾ ਜਾ। ਅੱਛਾ, ਤੇਰੀ ਮਾਂ ਕੋਲੇ ਮੈਂ ਆਇਆ,
ਤੇਰੀ ਮਾਂ ਅੱਡ ਕੱਢ ਕੇ ਬਿਠਾਤੀ ਜਿਹੜੀ ਤੇਰੀ ਨੌਕਰਾਣੀ ਦੀ ਤੁਹਾਡੀ, ਉਹ ਤੇਰੇ ਪਿਓ ਨੇ ਵਿਆਹ ਰੱਖੀ ਸੀ, ਸਮਝ ਪਾਈ ਤੈਨੂੰ ਤਾਂ ਪਤੀ ਹੋਊ ਗੱਲ ਦਾ, ਉਹ ਜਿਹੜੀ ਲਾਟੀ ਦੀ ਮਾਂ ਗੀ। ਹਾਂ ਉਹ ਨਹੀਂ ਨਹੀਂ ਮੇਰੀ ਗੱਲ ਸੁਣ ਲਾ, ਨਹੀਂ ਨਹੀਂ ਫੁੱਫੜਾ ਕਹਿੰਦਾ ਜਿਹੜੀ ਤੇਰੀ ਮਾਂ ਸੀ ਠੀਕ ਹੈ, ਉਹ ਤਾਂ ਅੱਡ ਕਰਤਾ, ਤੂੰ ਅੱਡ ਕਰਤਾ, ਤੇਰੀ ਮਾਂ ਅੱਡ ਕਰਤੀ, ਮੇਰੇ ਸਾਲ ਨੇ ਤੇਰੇ ਪਿਓ ਨੇ ਤਾਂ ਕੰਮ ਵਾਲੀ ਨਾਲ ਹੀ ਵਿਆਹ ਕਰਾ ਲਿਆ, ਇਹ ਕੰਮ ਵਾਲੀ ਦਾ ਮੁੰਡਾ ਮਗਰੋਂ ਲਈ ਫਿਰਦਿਆ ਰੈਡੀਮੇਡ, ਹੁਣ ਕੀ ਦੱਸਾਂ ਤੈਨੂੰ ਮੈਂ। ਅੱਛਾ ਉਹ ਪੜਾਤਾ ਹੀ, ਫਿਰ ਬੇਬੇ ਨੇ ਤਾਂ ਮੈਨੂੰ ਦੱਸਿਆ ਨੀ, ਹੈ ਉਹ ਤਾਂ ਮੈਨੂੰ ਐਂ ਕਹਿ ਦਿੰਦੀ ਸੀ ਅੱਗੇ ਤੇਰੇ ਪਿਓ ਨੇ ਘਰ ਭਾਈ ਆਪਣਾ ਨਵਾਂ ਵੇਚਤਾ, ਅੱਗੇ ਆਪਾਂ ਪੁਰਾਣਾ ਘਰ ਲੈ ਲਿਆ। ਕਾਲਿਆ ਕਾਨੂੰ ਛੇੜੇ ਛੇੜਦਾ, ਇਹ ਸਿਆਪੀ ਤੇਰੀ ਮਾਂ ਦੇ ਪਏ ਹੋਣੇ ਆ ਸਰ, ਉਹ ਸੱਚ ਨੀ ਦੱਸਦੀ, ਉਹ ਤਾਂ ਹੁਣ ਪਹਿਲਾਂ ਉਦੋਂ ਮੈਂ ਬਿਲਕ ਬਿਲਕ ਕੇ ਬਹਿ ਗਿਆ ਭਾਈ, ਸੱਚ ਦੱਸ ਦੇ ਸੱਚ ਦੱਸ ਦੇ, ਜੇ ਉਹਨੇ ਮੈਨੂੰ ਸੱਚ ਦੱਸਿਆ ਹੁੰਦਾ ਅੱਜ ਤੁਸੀਂ ਕੋਠੀ ਚ ਹੁੰਦੇ, ਹੋਰ ਆਉਂਦੀ ਜਿੱਥੇ ਤੂੰ ਬੈਠਾ। ਉਹ ਫਿਰ ਫੁੱਫੜਾ ਹੁਣ ਮੈਂ ਵੀ ਤੈਨੂੰ ਤਾਂ ਹੀ ਸੱਦਿਆ, ਰਹਿ ਲੈ ਇਹਨੂੰ ਵੀ, ਹੁਣ ਤੂੰ ਮੈਨੂੰ ਦੱਸ ਵੀ ਕਰਨਾ ਕੀ ਆ। ਕਰਨਾ ਤਾਂ ਹੁਣ ਕੇਸ ਕਰ ਰੱਖਿਆ ਭਾਈ, ਕਰੀ ਰੱਖਾਂ, ਤੇਰੀ ਮਾਂ ਪੁੱਤ ਮਾਰੀ ਇਹਨਾਂ ਨੇ, ਤੂੰ ਵਧੀਆ ਰਹੇਗਾ, ਮਾੜਾ ਮੋਟਾ ਅੱਖਾਂ ਖੋਲ ਲੈ, ਕਿਉਂ ਮੇਰਾ ਸਾਲਾ ਮੈਥੋਂ ਫਿਰ ਸੱਚੀ ਕਹਾਏਗਾ, ਤੂੰ ਅੱਜ ਕੱਲ ਲੱਭਦਾ ਕੋਈ ਨੀ ਤਾਂ ਸਭ ਗਾਉਂਦੇ ਨੇ। ਨਹੀਂ ਫੁੱਫੜਾ ਇਹ ਕੀ ਕਹੀ ਜਾਂਦਾ ਤੂੰ, ਉਹਨਾਂ ਨੇ ਕਿਉਂ ਮਾਰੀ, ਤੇ ਫਿਰ ਉਹਨਾਂ ਨੂੰ ਪੁਲਿਸ ਹੀ ਫੜ ਲੈਂਦੀ ਜੇ ਉਹਨਾਂ ਨੇ ਮਾਰੀ ਹੁੰਦੀ। ਤੇਰੇ ਖਾਨੇ ਪੈਗੀ ਨਹੀਂ ਮੇਰਾ ਸਾਲਿਆ, ਉਹਨਾਂ ਦੇ ਮਗਰ ਮੂਰੀ ਫਿਰਦਾ ਰਹਿੰਦਾ ਤੂੰ ਕਾਲਿਆ। ਨਹੀਂ ਜਿਹੜਾ ਉਹਨਾਂ ਕੋਲ ਸਾਰਾ ਘਰ ਬਾਰ ਆ ਉਹ ਸਾਰਾ ਹੀ ਮੇਰਾ, ਸਣੇ ਜ਼ਮੀਨ ਸਣੇ ਵਾਹਣ ਦੇ ਕੀਲੇ ਸਣੇ ਡੰਗਰਾਂ ਦੇ ਕੀਲੇ ਤੇਰੇ ਨੇ ਕਾਲਿਆ। ਉਹ ਮੈਨੂੰ ਕੁਛ ਖਾਣੀ ਮਿਲੂ, ਮੈਨੂੰ ਐ ਦੱਸ ਮੈਂ ਕੋਈ ਖਾਣੀ ਖਾਣੀ ਹੈ, ਸਾਨੂੰ ਲੱਗੇ ਤੇਰੀ ਸਾਹ ਲੈ, ਮੈਂ ਆਪਦੀ ਖਾ ਲੈਣਾ। ਫੁੱਫੜਾ ਜੇ ਤੂੰ ਮੈਨੂੰ ਇਹ ਗੱਲ ਪਹਿਲਾਂ ਅੱਜ ਤੱਕ ਦੱਸੀ ਹੁੰਦੀ ਹੈ, ਅੱਜ ਨੂੰ ਤਾਂ ਮੈਂ ਆਪਦੀ ਮਾਂ ਦਾ ਬਦਲਾ ਤਾਂ ਲੈ ਲੈਂਦਾ ਉਹਨਾਂ ਤੋਂ। ਬਦਲੇ ਨੂੰ ਐਡਾ ਬਦਲਾ ਆਪਾਂ ਐ ਨਹੀਂ ਲੈਣਾ, ਬਦਲਾ ਹਿਸਾਬ ਨਾਲ ਲਵਾਂਗੇ, ਬਦਲਣ ਕਿ ਜਾਉਣਾ ਮੋੜਾ ਤੂੰ ਬੰਦੂਕ ਚੱਕੀ ਫਿਰਦਾ। ਉਹ ਲਾਡੀ ਦੀ ਮਾਂ ਨੂੰ ਮਾਂ ਮਾਂ ਕਹਿੰਦੇ, ਮੇਰੇ ਤਾਂ ਜੀਵ ਨੂੰ ਗੰਢ ਆਉਂਦੀ ਹੈ, ਤੇ ਉਸੇ ਨੇ ਮੇਰੀ ਮਾਂ ਮਾਰਤੀ ਦੇਖ ਲਾ। ਤੈਨੂੰ ਪਤਾ ਹੈ ਵੀ ਉਹ ਚੱਲ ਤੇਰੀ ਮਾਂ ਕਹਿਣਾ ਤੂੰ, ਤੈਨੂੰ ਐਂ ਤਾਂ ਨੀ ਪਤਾ ਵੀ ਉਹਦੇ ਦਿਲ ਚ ਕੀ ਹੈ, ਤੇਰੇ ਪ੍ਰਤੀ ਵੀ ਕੀ ਸੋਚੀ ਬੈਠੇ ਨੇ, ਉਹ ਤਾਂ ਸੱਪ ਪਾਲੀ ਜਾਂਦੇ ਨੇ ਬੁੱਕਲਾਂ ਚ ਸੱਪ। ਉਹ ਮੈਂ ਤਾਂ ਜਦੋਂ ਨੌਕਰੀ ਲੱਗ ਗਿਆ ਮੈਂ ਤਾਂ ਟਲ ਕੇ ਐਂ ਆ ਗਿਆ ਸੀ ਵੀ ਚੱਲ ਉਹ ਉੱਥੇ ਸਾਂਭੀ ਜਾਂਦਾ ਸਾਡਾ, ਇੱਥੇ ਟਾਈਮ ਪਾਸ ਹੋਈ ਜਾਂਦਾ ਜੀ। ਗੱਲ ਤਾਂ ਹੁਣ ਤੈਂ ਹੁਣ ਅੱਜ ਦੱਸੀ ਹੈ ਮੇਰੇ ਨਾਲ, ਤੈਂ ਗੱਲ ਕਰੀ ਹੈ ਤੇਰੀ ਮਾਂ ਕੋਲੇ ਜਿੱਦੇ ਮੈਂ ਆਇਆ, ਉਹਨੇ ਵਿਚਾਰੀ ਮੈਨੂੰ ਸਾਰੀ ਗੱਲ ਦੱਸੀ, ਤੂੰ ਉਦੋਂ ਘਰੇ ਨੀ ਤੀ, ਬਹੁਤ ਟਾਈਮ ਦੀ ਗੱਲ ਹੈ, ਤਾਂ ਪੁਰਾਣੀ ਛੋਟੇ ਹੁੰਦੇ ਦੀ ਗੱਲ ਹੈ ਤੇਰੀ, ਤੂੰ ਘਰੇ ਨੀ ਤੀ ਠੀਕ ਹੈ, ਮੈਨੂੰ ਕਹਿੰਦੀ ਵੀ ਬਾਈ ਐਂ ਕਰਕੇ ਸਾਨੂੰ ਤਾਂ ਅੱਡ ਬਿਠਾ ਤਾ, ਮੈਂ ਹਜੇ ਤੇਰੇ ਬਾਪ ਨਾਲ ਉਹਦੇ ਨਾਲ ਗੱਲ ਵੀ ਕਰੀ, ਮੇਰੇ ਸਾਲੇ ਨੇ ਮੈਨੂੰ ਤਾਂ ਕਹਿੰਦਾ ਤੂੰ ਸਾਡੇ ਨਾਲ ਵਰਤੀ ਨਾ ਭਾਈ ਆ ਨਾ, ਮੈਂ ਤਾਂ ਹੀ ਮੁੜ ਕੇ ਕਦੇ ਆਇਆ ਨੀ। ਟਵਿੱਟਰ ਟੱਪੇ ਖੜੇ ਨੇ, ਬਾਹਰ ਵੀ ਹਾਂ ਬਾਈ ਲੈ ਆ ਜਾ ਇੱਧਰ। ਸਤਿ ਸ੍ਰੀ ਅਕਾਲ ਬਾਈ, ਹੋ ਠੀਕ ਹੋ? ਹਾਂ ਠੀਕ ਹੈ ਬਾਈ, ਤੁਸੀਂ ਦੱਸੋ? ਹਾਂ ਵਧੀਆ, ਕਾਲੇ ਵਰਗੇ ਹੈ ਨਹੀਂ ਬਾਈ, ਕਾਲਾ ਤਾਂ ਇੱਧਰ ਗਿਆ ਗਾ ਬਾਹਰ ਨੂੰ। ਅੱਛਾ ਤੂੰ ਕਿਵੇਂ ਇੱਧਰ ਅੱਡ ਜੀ ਬਾਈ, ਕੀ ਗੱਲ, ਖੈਰ ਸੁੱਖ ਹੈ? ਖੈਰ ਸੁੱਖ ਹੀ ਹੈ ਬਾਈ, ਕਿਹੜੇ ਵੇ ਕੰਮ ਪੰਜ ਨਹੀਂ ਭੈਣ ਮੇਰੀ, ਇਹ ਗੱਲ ਸਿੱਧੀ ਦੱਸ ਜਿਹੜੀ ਗੱਲ ਹੈ। ਗੱਲ ਤਾਂ ਬਾਈ ਤੁਹਾਨੂੰ ਕੀ ਦੱਸਾਂ ਮੈਂ, ਹਾਂ ਆਪਣੇ ਜਿਹੜੀ ਇੱਥੇ ਕੰਮ ਵਾਲੀ ਨਹੀਂ ਲੱਗੀ ਸੀਗੀ, ਕੰਮ ਵਾਲੀ ਲਾ ਲਈ ਪਹਿਲਾਂ ਲੱਗੀ ਹੋਈ ਸੀਗੀ, ਤੇ ਉਹਨੇ ਤੇ ਇਹਦੇ ਕਾਲੇ ਦੇ ਪਿਓ ਨੇ ਦੋਨਾਂ ਨੇ ਵਿਆਹ ਕਰਾ ਲਿਆ। ਕਿਵੇਂ ਵਿਆਹ ਕਰਾ ਲਿਆ ਬਾਈ ਦੋਨਾਂ ਨੇ? ਖਾ ਸੌ ਸੌ ਕਾਹਦੀ ਖਾਵਾਂ ਮੈਂ, ਮੇਰੇ ਸਾਲਾ ਜਮੀ ਆਵਾ ਉਤ ਗਏ ਲੈ ਦੱਸ, ਤੂੰ ਫੋਨ ਫਾਨ ਤੱਕ ਲਾ ਦਿੰਦੀ ਕਿਸੇ ਹੱਥ ਸੁਨੇਹੀ ਭੇਜ ਦਿੰਦੀ। ਕੀ ਬਾਈ ਸੁਨੇਹਾ ਭੇਜਾਂ, ਤੈਨੂੰ ਪਤਾ ਤਾਂ ਹੈ ਮੈਨੂੰ ਇਹ ਕਿੰਨਾ ਕੁੱਟਦਾ ਮਾਰਦਾ ਗਾ, ਉਹਦੇ ਪਿੱਛੇ ਲੱਗ ਕੇ ਤੇ ਮੇਰਾ ਜੀਣਾ ਦੁੱਬਰ ਕਰਤਾ ਇਹਨੇ। ਕੀ ਦਿਮਾਗ ਤੇ ਠੀਕਰਾ ਮੂਦਾ ਵੱਜ ਗਿਆ, ਲੈ ਦੇਖ ਕੰਮ ਵਾਲੀ ਨਾਲ ਵਿਆਹ ਕਰਾ ਲੈ, ਦੇਖ ਲਾ ਬੇੜਾ ਬੈਠੀ ਵਾਲੇ ਨੇ ਹੈਂ।
ਜਿਹੜਾ ਕੁਛ ਕਰਾਉਣਾ ਸੀ ਉਹ ਤਾਂ ਕਰਾ ਲਿਆ, ਸਾਰੇ ਘਰ ਦੀ ਵਾਰਸ ਬਣਾ ਕੇ ਬਿਠਾਤੀ ਉਹ ਤਾਂ, ਉਹ ਤਾਂ ਹੁਣ ਉਹ ਕੋਠੀ ਦੇ ਵਿੱਚ ਰਹਿੰਦੀ ਹੈ ਤੇ ਮੈਨੂੰ ਇੱਥੇ ਕੱਢ ਕੇ ਮਾਰਿਆ। ਹਾਏ ਕਿੱਥੇ ਆਪ ਗਿਆ ਹੋਇਆ, ਕਿੱਥੇ ਆ ਉਹ, ਹੁਣ ਤਾਂ ਬਾਹਰ ਨੂੰ ਗਿਆ ਹੋਇਆ। ਮਾੜਾ ਜਾ ਜਾਣਦੇ ਮੈਂ, ਮੇਰੇ ਨਾਲ ਕਰਾਈ ਮਾੜੀ ਜੀ ਗੱਲ ਚੰਗਾ ਉਹਦੀ, ਤੁਸੀਂ ਮਾੜਾ ਮੋਟਾ ਤੁਹਾਡੀਆਂ ਗਲਤੀਆਂ ਨੇ, ਤੁਸੀਂ ਮਾੜਾ ਮੋਟਾ ਰਿਸ਼ਤੇਦਾਰਾਂ ਦਾ ਫੋਨ ਕਰ ਦਿੰਦੇ ਬਈ ਐਂ ਕਰਕੇ ਆਹ ਗੱਲ ਹੋਊਗੀ। ਭਾਈ ਹੁਣ ਤੁਹਾਨੂੰ ਪਤਾ ਕਾਲਾ ਤਾਂ ਨਿਆਣਾ ਗਾ, ਮੈਨੂੰ ਕਿਹੜਾ ਪਤਾ ਸੀ, ਮੈਂ ਤਾਂ ਦੋ ਦਿਨਾਂ ਦੇ ਪੇਕੇ ਗਈ ਆ ਪਤਾ ਨੀ ਕਿਥੋਂ ਕਿਥੋਂ ਦੀ ਹੈਗੀ ਇਹ ਕੁੜੀ ਇਹ ਜਿਹੜੀ ਰੱਖੀ ਇਹਨੇ। ਬਈ ਪਤਾ ਤਾਂ ਮੈਨੂੰ ਕੁਛ ਹੈ ਨੀ ਪੂਰਾ ਵੀ ਕਿਥੋਂ ਦੀ ਹੈ, ਉਹ ਐ ਆ ਵੀ ਇੱਥੇ ਸਾਡੇ ਪਿੰਡ ਚ ਕੰਮ ਧੰਦਾ ਕਰਦੀ ਸੀ, ਕਈ ਘਰਾਂ ਦੇ ਇਹ ਸਾਡੇ ਵੀ ਕਰਦੀ ਸੀਗੀ ਕੰਮ। ਠੀਕ ਆ ਠੀਕ, ਮੇਰੇ ਕਈ ਮਗਰੋਂ ਇਹਨਾਂ ਨੇ ਤਾਂ ਕਰਾ ਕੇ ਰੱਖ ਲਿਆ। ਕਮਾਰੀ ਵੀ ਨੀ ਹੋਣੀ ਜਵਾਕ ਜੱਲਾ, ਜਵਾਕ ਜੱਲਾ ਹੈਗਾ ਬਈ ਮੁੰਡਾ, ਉਹ ਤਾਂ ਫਿਰ ਮੰਗਰੀ ਛੱਡਿਆ ਹੀ ਹੂੰ ਨਾ ਬਈ, ਕਿਉਂ ਛੱਡ ਕੇ ਮਗਰ ਲੈ ਕੇ ਆਈ ਹੈ, ਉਹਨੂੰ ਤਾਂ ਪੜ੍ਹਨ ਲਿਖਣ ਲਾਤਾ ਤੇ ਮੇਰੇ ਪੁੱਤ ਨੂੰ ਸਕੂਲੋਂ ਹਟਾ ਕੇ ਵੀ ਘਰੇ ਬਿਠਾਤਾ। ਇਹ ਤਾਂ ਮੇਰਾ ਸਾਲਾ ਬੜੀ ਜੱਗੋਂ 13ਵੀਂ ਗੱਲ ਕਰੀ ਕੁੜੀਏ ਤੁਹਾਡਾ, ਤੋ ਮੈਂ ਕਹਿੰਦਾ ਦਿਮਾਗ ਤੇ ਠੀਕ ਕਰਾ, ਉਹਦਾ ਮੂਧਾ ਵੱਜਣਾ ਸੀ ਵੱਜਣਾ ਸੀ, ਤੁਹਾਡੇ ਵੀ ਵੱਜ ਗਿਆ, ਤੁਸੀਂ ਤਾਂ ਕਿਸੇ ਨੂੰ ਮਰ ਲਓ ਫੋਨ ਕਰ ਲਓ, ਅਸੀਂ ਆ ਜਾਈਏ ਕੋਈ ਹੋਰ ਭੈਣ ਭਈ ਆ ਜੇ, ਮਾੜੇ ਮੋਟੀ ਮੇਰੇ ਸਾਲ ਨੂੰ ਬਸਰਮਗੀ ਦਿੱਤੀ ਜਾਂਦੀ ਹੈ ਵੀ ਆਹ ਕੀ ਕਰ ਲਿਆ ਤਾਂ। ਬਥੇਰਾ ਕੁਛ ਹੋਇਆ ਬਾਈ, ਕਹਿ ਕੇ ਵੀ ਦੇਖ ਲਿਆ, ਕਲੇਸ਼ ਪਾ ਕੇ ਵੀ ਦੇਖ ਲਿਆ, ਰਿਸ਼ਤੇਦਾਰ ਵੀ ਉਹੀ ਗੱਲ ਕਹਿੰਦਾ, ਤੁਹਾਨੂੰ ਨੀ ਦੱਸ ਸਕੀ ਮੈਂ, ਤੂੰ ਠਾਣੇ ਠਾਣੇ ਬਗ ਜਾਂਦੀ ਸਾਡੇ ਕੋਲ ਨਹੀਂ ਆਉਣਾ, ਚੱਲ ਸਾਡੀ ਕਈ ਵਾਰੀ ਮੇਰੇ ਸਾਲ ਦਾ ਕਹਿੰਦਾ ਜੇ ਝੱਗਾ ਚੱਕਾਂਗੇ ਆਪਦੇ ਝੱਡ ਨੰਗਾ ਹੁੰਦਾ, ਸਾਡੇ ਕੋਲ ਨਹੀਂ ਰਿਸ਼ਤੇਦਾਰਾਂ ਕੋਲੇ ਗੱਲ ਕਰਨ ਦੀ, ਠਾਣੇ ਟੱਪੀ ਵਗ ਜਾਂਦੀ, ਕੀ ਕਰਦੀ ਬਈ ਠਾਣੇ ਜਾ ਕੇ ਵੀ, ਉੱਥੇ ਵੀ ਤਾਂ ਤੈਨੂੰ ਪਤਾ ਇਸੇ ਦੀ ਚੱਲਦੀ ਹੈਗੀ, ਚੱਲਦੀ ਤਾਂ ਹੁਣ ਇਸੇ ਦੀ ਹੈ, ਮੈਂ ਹੁਣ ਮਾੜਾ ਸਾਲਾ ਸਾਰਾ ਹੀ ਤਾਂ ਨਹੀਂ ਜੱਗ ਹੀ ਮਾਰਿਆ ਹੁੰਦਾ, ਮਾੜਾ ਮੋਟਾ ਕੋਈ ਤਾਂ ਬੰਦਾ ਸੁਣਦਾ ਹੀ ਹੁੰਦਾ। ਸੁਣਤਾ ਬਈ ਸਾਰੇ ਲੈਂਦੇ, ਪਰ ਬੇਇੱਜ਼ਤੀ ਕਿੱਡੀ ਹੋਣੀ ਸੀ, ਪੰਚਾਇਤਾਂ ਇਕੱਠੀਆਂ ਹੁੰਦੀਆਂ, ਬੇਇੱਜ਼ਤੀ ਤੇ ਮੇਰੇ ਮਾਂ ਪਿਓ ਦੀ ਹੋਣੀ ਸੀ, ਨਾ ਮੈਂ ਪੇਕੇ ਜਾ ਕੇ ਬੈਠ ਸਕਦੀ ਸੀਗੀ, ਉਹਨਾਂ ਦਾ ਵੀ ਜੀਣਾ ਦੁੱਬਰ ਹੋ ਜਾਣਾ ਸੀ ਜੇ ਮੈਂ ਉੱਥੇ ਜਾ ਕੇ ਪੈਂਦੀ, ਤਾਂ ਕਰਕੇ ਬਈ ਮੈਂ ਤਾਂ ਹੁਣ ਇੱਥੇ ਬੈਠੀ ਹਾਂ। ਚੱਲ ਦੋ ਟਾਈਮ ਦੀ ਰੋਟੀ ਦੇ ਦਿੰਦੇ ਆ ਮੈਨੂੰ, ਜਵਾਕ ਦੇ ਸਿਰ ਤੇ ਦਿਨ ਕੱਟ ਨੂੰ ਹੋਰ ਕੀ ਹੈ ਭੈਣੇ, ਗੱਲ ਦੋ ਰੋਟੀਆਂ ਦੀ ਨਹੀਂ ਹੁੰਦੀ, ਗੱਲ ਤਾਂ ਜਵਾਕ ਦੀ ਕਹਾਂ ਜ਼ਿੰਦਗੀ ਦੀ ਹੈ, ਚੱਲ ਤਾਂ ਤਾਂ ਨੰਘਾ ਲਈ, ਹੁਣ ਜਵਾਕ ਕਿਵੇਂ ਕੱਟੂ ਇੱਥੇ ਪਹਿਲਾਂ, ਠੀਕ ਆ ਇੰਨਾ ਹੁਣ ਵਿਤਕਰਾ ਕਰਦੇ ਨੇ ਕੱਲ ਕੱਲਾਂ ਨੂੰ, ਤੈਨੂੰ ਕੁਛ ਹੋ ਗਿਆ, ਤੂੰ ਅੱਖਾਂ ਮੀਚ ਗਈ, ਫੇਰ ਕੀ ਕਰਨਗੇ, ਫੇਰ ਉਹ ਜਵਾਕ ਕੱਲਾ ਕੀ ਕਰੂ, ਅੰਬਰੀ ਅੰਡਾ ਵਿਚਾਰਾ। ਉਹੀ ਤਾਂ ਗੱਲ ਆ ਬਾਈ, ਆਪਦਾ ਟਾਈਮ ਪਾਸ ਕਰੀ ਜਾਂਦੇ ਚੁੱਪ ਕਰਕੇ, ਮੈਨੂੰ ਤਾਂ ਹੁਣ ਐਂ ਡਰ ਲੱਗਦਾ ਵੀ ਜੇ ਮੈਂ ਬੋਲੀ ਇਹਨਾਂ ਮੂਹਰੇ ਜਾਂ ਇਹਨਾਂ ਨੂੰ ਕੁਛ ਕਿਹਾ ਕਿਤੇ ਮੈਨੂੰ ਉਹੀ ਨਾ ਮਾਰ ਦੇਣ, ਐਂ ਤਾਂ ਕਿਤੇ ਬੰਬ ਨਾ ਡੇਕ ਦੇਣਾ, ਐਂ ਕਿਵੇਂ ਮਾਰ ਦੇਣਗੇ, ਬਾਹਰ ਨੀ ਤੇਰੇ ਕੁੜੀਏ, ਤੂੰ ਮੇਰੇ ਨਾਲ ਹੀ ਚੱਲ ਕੋਈ ਨਾ, ਪਹਿਲਾਂ ਮੈਂ ਗੱਲ ਕਰਦਾ ਚੰਗਾ ਇਹਨਾਂ ਨਾਲ ਜਾ ਕੇ, ਹੋਰ ਇੱਥੇ ਹੁਣ ਤੈਨੂੰ ਮੈਂ ਛੱਡ ਕੇ ਥੋੜੂ ਜਾਊਂਗਾ, ਐਂ ਹੁਣ ਕਿਵੇਂ ਮਾਰ ਦੇਣਗੇ ਪਹਿਲਾਂ, ਮੈਂ ਕਰਦਾ ਗੱਲ ਆਉਣਾ ਮੁੜ ਕੇ। ਚੰਗਾ ਵੇਖ ਲਾ, ਜੇ ਮੈਂ ਇਹਨਾਂ ਨੂੰ ਦੱਸ ਦਿੰਦੀ ਖੋਰੇ ਕੋਈ ਗੱਲ ਬਣ ਹੀ ਜਾਂਦੀ, ਮੈਂ ਵੀ ਐਵੇਂ ਲੁਕੋ ਰੱਖਿਆ ਇਸ ਗੱਲ। ਤੈਨੂੰ ਕਿਸੇ ਨੇ ਪਿੰਡ ਪੁੰਡ ਹਜੇ ਵੀ ਨੀ ਦੱਸਿਆ? ਉਹ ਫੁੱਫੜਾ ਮੇਰੇ ਕੋਲ ਤਾਂ ਅੱਜ ਤੱਕ ਕਦੇ ਗੱਲ ਹੀ ਨੀ ਜੱਗੋ ਜਾਹਰ ਹੋਈ, ਕਦੇ ਵੀ ਨੀ ਹੋਈ। ਦੇਖ ਲੈ ਹੁਣ ਜਦੋਂ ਜੱਗੋ ਜਾਹਰ ਹੋਈ ਆ, ਹੁਣ ਟਾਈਮ ਲੰਘ ਗਿਆ, ਟਾਈਮ ਲੰਘਿਆ ਵੀ ਨਾ ਮੰਨ ਕੇਸ ਲਾ ਰੱਖਿਆ ਤਾਂ। ਉਹ ਕੇਸ ਤਾਂ ਜ਼ਮੀਨ ਦਾ ਚੱਲੀ ਜਾਂਦਾ, ਪਰ ਜਿਹੜੀ ਇਹਨਾਂ ਨੇ ਕਰੀ ਇਹਨਾਂ ਨੂੰ ਸਜ਼ਾ ਦਿਵਾਉਣ ਦਾ ਤਾਂ ਫਿਰ ਕਰਨਾ ਪਊ ਆਪਾਂ ਨੂੰ। ਕੋਈ ਨੀ, ਕਰਦਾਂਗੇ, ਮੈਂ ਗਵਾਹ ਹੈਗਾ, ਸਣੇ ਤੇਰੇ ਬਾਪ ਦੇ ਗਵਾਹੀ ਪੁੱਠੀ ਮੈਂ ਦਊਂਗਾ ਉਦੋਂ ਦੇ ਵੀ ਹਾਂ ਭਾਈ ਇਹਨਾਂ ਨੇ ਕੰਮ ਆਹ ਕਰਿਆ ਸੀ। ਨਾ ਉੱਪਰਾਂ ਮੇਰਾ ਪਿਓ ਵੀ ਨਾਲ ਰਲਿਆ ਸੀ ਉਹਨਾਂ ਦੇ। ਤੇਰੇ ਪਿਓ ਨੀ ਮਾਰੀ ਆ, ਹੋਰ ਕੌਣ ਦੀ ਮਾਰਨ ਵਾਲਾ ਖਸਮਾ? ਤੇ ਫਿਰ ਮੇਰਾ ਪਿਓ ਕਿਵੇਂ ਮਰ ਗਿਆ ਉੱਪਰਾ? ਉਹ ਵੀ ਗਾਹਾਂ ਉਹ ਚੱਕਤਾ ਉਹਨੇ ਵੀ ਹੁਣ ਇਹ ਬਾਲੀ ਵਾਸਤੇ ਤਾਂ ਜਮੀ ਖਤਮ ਹੋ ਜਾਣਗੇ ਸਾਰੀ, ਮੇਰਾ ਹੋ ਜਾਏ ਅਮਲਾ ਫੈਲਾ, ਉਹਨੇ ਕਹੋ ਜਾ ਉਹ ਚੱਕਦਾ। ਇਹ ਤਾਂ ਫਿਰ ਉੱਪਰਾ ਕੋਈ ਭਲੀ ਮੰਨ ਆ,
ਜਿਹੜਾ ਮੈਂ ਟਲਿਆ ਆ ਵਧੀਆ ਰਿਹਾ ਹਜੇ ਤੂੰ ਮੈਂ ਤੈਨੂੰ ਹੁਣ ਵੀ ਕਹਿਣਾ ਡੁੱਲੇ ਵੀਰਾਂ ਦਾ ਹਜੇ ਕੁਛ ਨੀ ਵਿਗੜਿਆ ਚੱਲ ਤੇਰੀ ਮਾਂ ਨਾਲ ਜਿਹੜੀ ਘਟਨਾ ਵਾਪਰ ਚਾਹ ਲਈ ਭਾਈ ਜਾ ਜਿਹੜੀ ਘਟਨਾ ਵਾਪਰਨੀ ਤੀ ਵਾਪਰ ਗਈ ਤੂੰ ਮੇਰਾ ਪੁੱਤ ਬਣ ਕੇ ਪਾਸਾ ਵੱਟ ਲੈ ਵਧੀਆ ਰਹੇ ਕੀ ਹੋ ਗਿਆ ਕੀ ਗੱਲਾਂ ਕਰੀ ਜਾਂਦੇ ਹੋ ਕੋਈ ਨੀ ਉਹਦਾ ਪੁੱਤ ਉਹੀ ਕੋਈ ਨੀ ਉਹਦਾ ਸਾਡੀ ਗੱਲ ਸੀ ਅਰਪਿਤ ਤੇ ਕੋਈ ਨੀ ਤੂੰ ਕਰ ਲੈ ਕੰਮ ਧੰਦਾ ਮੈਂ ਕਰਦਾ ਹੁਫੜ ਨਾ ਰਹਿ ਮੈਂ ਭਰਾ ਹੈ ਕੋਈ ਨੀ ਹਾਂ ਕੋਈ ਨੀ ਕੋਈ ਨੀ ਤੂੰ ਸੰਸਾ ਨਾ ਮੰਨ ਹੋਈ ਨਾ ਇਹ ਮੂਹਰੇ ਕਿਉਂ ਗੱਲ ਹੈ ਪੁੱਤ ਤਾਂ ਗੱਲ ਕੋਈ ਇਹੋ ਜਿਹੀ ਗੱਲ ਨੀ ਠੀਕ ਹੈ ਗੱਲ ਤਾਂ ਉਹਦਾ ਊਂ ਗੱਲਾਂ ਬਾਤਾਂ ਕਰਨ ਲੱਗ ਕੇ ਚੱਲ ਊਂ ਮਨ ਭਰਿਆ ਜਵਾਕ ਕਾਫੀ ਦਿਨਾਂ ਬਾਅਦ ਮਿਲਿਆ ਮੈਨੂੰ ਇਹ ਤਾਂ ਊਂ ਮਨ ਹੌੜਾ ਕਰਦਾ ਮੇਰੇ ਕੋਲ ਤੂੰ ਨਾ ਕਰ ਮੰਨ ਹਾਂ ਕੋਈ ਦਿੱਕਤ ਵਾਲੀ ਗੱਲ ਨੀ ਹੈਗੀ ਹਾਂ ਕੋਈ ਨੀ ਕਰ ਲੈ ਕੰਮ ਧੰਦਾ ਜਾ ਮੇਰਾ ਛੇ ਇਹਨੂੰ ਨਾ ਦੱਸਦੀ ਵੀ ਐਂ ਕਰਕੇ ਫੁੱਫੜ ਨੇ ਐਂ ਗੱਲ ਕਰਤੀ ਵੀ ਉਹਨਾਂ ਨੇ ਮਾਰੀ ਆਪਣੀ ਮਾਂ ਉਹ ਨਹੀਂ ਨਹੀਂ ਫੁੱਫੜਾ ਇਹਨੂੰ ਤਾਂ ਕੀ ਦੱਸਣਾ ਬੁੜੀਆਂ ਦਾ ਦਿਲ ਹੌਲਾ ਹੁੰਦਾ ਹੈ ਪਤਲਾ ਹੁੰਦਾ ਦਿਲ ਇਹਨਾਂ ਦਾ ਆਹ ਉਹ ਤਾਂ ਗੱਲ ਤੇਰੀ ਠੀਕ ਆ ਖੈਰ ਪਰ ਹੁਣ ਮੈਨੂੰ ਐਂ ਦੱਸ ਵੀ ਹੁਣ ਫਿਰ ਅੱਗੇ ਆਪਾਂ ਕੀ ਕਰੀਏ ਛੱਡਨੇ ਤਾਂ ਇਹ ਹੈ ਨਹੀਂ ਫੁੱਫੜਾ ਅੱਗੇ ਤਾਂ ਮੈਨੂੰ ਐਂ ਸੀ ਵੀ ਮੈਂ ਕੱਲੀ ਜ਼ਮੀਨ ਨਹੀਂ ਛੱਡਣੀ ਤੇ ਹੁਣ ਤਾਂ ਇਹ ਵੀ ਨਹੀਂ ਛੱਡਣੇ ਇਹ ਤਾਂ ਤੇਰੇ ਮਨ 'ਚ ਹੋਣਾ ਹੀ ਆ ਕਾਲਿਆ ਗੱਲ ਮੇਰੇ ਮਨ 'ਚ ਤਾਂ ਬਹੁਤ ਟਾਈਮ ਦੀ ਵਿਆਹ ਘੁਲੀ ਜਾਂਦੀ ਆ ਬਸ ਮੇਰੇ ਸਾਲ ਦੀ ਮੇਰੀ ਵਾਹ ਨਹੀਂ ਚੱਲ ਰਹੀ ਤੂੰ ਮੇਰੇ ਨਾਲ ਹੋ ਗਿਆ ਮੈਂ ਤੇਰੇ ਨਾਲ ਹੋ ਗਿਆ ਹੁਣ ਕੁਛ ਨਾ ਕੁਛ ਹੋ ਜੂ ਤੂੰ ਮੇਰੇ ਇਕੱਲੇ ਦੀ ਫਾੜ ਨਹੀਂ ਪੂਗੀ ਇਹ ਤਾਂ ਗੱਲ ਤੇਰੀ ਸਹੀ ਆ ਫੁੱਪੜਾ ਮੈਂ ਤਾਂ ਹੁਣ ਤੇਰੇ ਪਿਓ ਨੂੰ ਕਹਿ ਸਕਦਾ ਸੀ ਭਾਈ ਉਹਨੇ ਮੈਨੂੰ ਜਦੋਂ ਇੱਕੀ ਗੱਲ ਕਹੀ ਸੀ ਵੀ ਨਾ ਤੂੰ ਸਾਡੀ ਦੇਹਲੀ ਚੜੀ ਨਾ ਚੜਨ ਦੀ ਨਾ ਫੁੱਪੜਾ ਗੱਲ ਐ ਵੀ ਆ ਵੀ ਜਦੋਂ ਮੈਨੂੰ ਨਹੀਂ ਇਹ ਗੱਲਾਂ ਦਾ ਪਤਾ ਤੇ ਪਤਾ ਤਾਂ ਫਿਰ ਲਾਡੀ ਨੂੰ ਵੀ ਨਹੀਂ ਹੋਣਾ ਉਹਨੂੰ ਵੀ ਨਹੀਂ ਪਤਾ ਇਹ ਗੱਲ ਦਾ ਉਹ ਵੀ ਨਿਆਣਾ ਦੀ ਅੱਛਾ ਹਾਂ ਉਹਦੀ ਮਾਂ ਨੂੰ ਸਾਰਾ ਕੁਝ ਪਤਾ ਉਹਨੇ ਕਰਿਆ ਉਹਦੇ ਘਰ ਕੰਮ ਨਾਲ ਸਾਰਾ ਕੰਮ ਚੱਲ ਕੋਈ ਨਹੀਂ ਫਿਰ ਫੁੱਪੜਾ ਐ ਕਰ ਹੁਣ ਫਿਰ ਤੂੰ ਇੱਥੇ ਰਹਿ ਤੇ ਆਪਾਂ ਕੋਈ ਨਹੀਂ ਲੱਗਦੇ ਆ ਮੱਥੇ ਜਾ ਕੇ ਉਹਦੇ ਸੇਰ ਦੇਖਦੇ ਆ ਵੀ ਆਉਂਦੀਆਂ ਤਰੇਲੀਆਂ ਕਿ ਨਹੀਂ ਦੇਖ ਕੇ ਉਹ ਤਾਂ ਠੀਕ ਹੈ ਠੰਡੀ ਕਰਕੇ ਖਾਵਾਂਗੇ ਬਾਲਾ ਤੱਤਾ ਮੂੰਹ ਫੋਕ ਦਿੰਦੀ ਹੁੰਦੀ ਆ ਫਿਰ ਚੀਜ਼ ਸਮਝ ਗਿਆ ਕਹਿਣ ਦਾ ਭਾਵ ਕਾਹਲੀ ਨਹੀਂ ਕਰਨੀ ਕਿਸੇ ਕੰਮ ਚ ਚੱਲ ਦੇਖ ਫਿਰ ਜਿਵੇਂ ਤੂੰ ਕਹੇਗਾ ਆਪਾਂ ਐਵੇਂ ਚੱਲਾਂਗੇ ਮੇਰੇ ਹਿਸਾਬ ਨਾਲ ਚੱਲੀ ਗੱਲ ਇਹ ਆਪਦੇ ਮਨ ਚ ਹੀ ਰੱਖੀ ਕਿਸੇ ਨੂੰ ਪਿੰਡ ਚ ਵੀ ਨਾ ਭਣਕ ਦੇ ਦੀ ਮੇਰੇ ਸਾਲੇ ਲੋਕ ਦਬੋਕ ਦੋਕ ਲੈਂਦੇ ਅੱਜ ਕੱਲ੍ਹ ਦਮੂਹੇ ਨੇ ਤਾਂ ਇੱਥੋਂ ਭੇਤ ਲੈ ਕੇ ਗਾਹਾਂ ਉਹਨਾਂ ਨੂੰ ਕਹਿ ਦੇਣਗੇ ਵੀ ਭਾਈ ਐਂ ਕਰਕੇ ਐਂ ਸਕੀਮ ਚੱਲ ਪਈ ਨਹੀਂ ਤੇ ਫਿਰ ਆਪਾਂ ਆਪਣੇ ਵਕੀਲ ਨਾਲ ਤਾਂ ਗੱਲ ਕਰੀਏ ਵਕੀਲ ਨਾਲ ਹਾਂ ਵਕੀਲ ਕਰ ਕਿਹੜਾ ਫਿਰ ਆਪਾਂ ਵਕੀਲ ਹੈਗਾ ਜਾਣ ਪਛਾਣ ਦਾ ਉਹਦੇ ਕੋਲੇ ਚੱਲ ਸਾਰਾ 10 ਲੱਗੇ 5 ਲੱਗੇ ਵਕੀਲ ਦਾ ਮੈਂ ਲਾਉਂ ਹੋਰ ਦੱਸ ਉਹ ਬਸ ਫੁੱਪੜਾ ਨਹੀਂ ਮੈਂ ਤੈਨੂੰ ਦੱਸੀ ਤਾਂ ਜਾਣਾ ਵੀ ਮੈਂ ਤਾਂ ਕੱਲਾ ਤੇਰੇ ਤੇ ਭੇਜਦਾ ਬਸ ਠੀਕ ਹੈ ਤੇ ਜੇ ਮੈਂ ਕਿਸੇ ਤੇ ਭੇਜਦਾ ਨਹੀਂ ਸੀ ਤਾਂ ਉਹ ਰੱਬ ਦੀ ਕਿਰਪਾ ਨਾਲ ਬਚ ਵੀ ਗਿਆ ਹੈ ਸੱਚੇ ਬੰਦੇ ਨਾਲ ਰੱਬ ਖੜ ਜਾਂਦਾ ਖੜੂ ਹੁਣ ਵੀ ਬਸ ਤੂੰ ਮਨ ਨਾ ਡੋਲੀ ਨਾ ਕਿਸੇ ਨੂੰ ਮਨ ਦੀ ਗੱਲ ਦੱਸੀ ਕੋਈ ਵੀ ਅਸੀਂ ਕੀ ਕਰਦੇ ਹਾਂ ਉਹ ਮੈਂ ਤਾਂ ਕੱਲਾ ਰਹਿੰਦਾ ਨਹੀਂ ਡੋਲਿਆ ਉਪੜਾ ਹੁਣ ਤਾਂ ਤੂੰ ਮੇਰੇ ਸਿਰ ਤੇ ਹੱਥ ਧਰੀ ਜਾਣਾ ਬਸ ਠੀਕ ਹੈ ਠੀਕ ਹੈ ਬਸ ਤਾਂ ਤੇਰੇ ਸਾਰੀ ਨਾਲ ਨੇ ਬਸ ਠੀਕ ਆ ਉਪੜਾ ਕੋਈ ਨਹੀਂ ਫਿਰ ਆਪਾਂ ਚੱਲਦੇ ਹਾਂ ਵਕੀਲ ਕੋਲੇ ਚਾਹ ਪੀ ਤੂੰ ਫਿਰ ਖੰਡ ਨਹੀਂ ਬਣਾਉਣਾ ਚਾਹ ਬਈ ਉਪੜਾ ਗੋੜ ਦਾ ਘੜ ਤੋਂ ਸੋਚਦਾ ਦੁਆ ਕਰਦਾ ਕੈਂਚਰ ਕਰ ਦਿੰਦਾ ਮੇਰਾ ਸਾਰਾ ਖੰਡ ਤਾਂ ਜਿਹੜੀ ਖਾ ਗੋੜ ਮੁੱਕਿਆ ਪਈ ਹੁਣ ਤਾਂ ਮੈਂ ਘਲਾੜ ਤੋਂ ਲਿਆਉਣਾ ਹੁੰਦਾ ਮੈਨੂੰ ਕਹਦਾ ਬਾਏ ਕਰ ਦਿੰਦਾ ਲੈ ਆ ਲਫਾਫੇ ਚ ਪਾ ਲੈਂਦਾ ਪੰਜ ਉਹ ਬਸ ਆ ਇਧਰ ਜੀ ਆ ਦਾ ਬਣੇ ਤਾਂ ਆ ਬਣਦਾ ਘੜ ਦਾ ਗੋੜ ਅੱਛਾ ਘਲਾੜ ਲਾ ਰੱਖਿਆ ਤੁਸੀਂ ਵੀ ਮੈਂ ਘੜਾ ਲਿਆਉਣਾ ਮੈਂ ਅੱਛਾ ਘੜਾ ਕੇ ਲਿਆਉਣਾ ਹਾਂ ਹਾਂ ਕਈ ਵਾਰੀ ਘੜਾੜ ਦੀ ਮੁੱਲ ਲੈ ਆਉਣਾ ਹੁੰਦਾ ਛੋਟੇ ਕਮਾਦ ਜਿਆਦੇ ਉਧਰ ਗੰਨਾ ਜਿਆਦੇ ਹਾਂ ਗੰਨਾ ਜਿਆਦੇ ਆ ਹਾਂ ਚਾਹ ਤਾਂ ਵਧੀਆ ਤੂੰ ਖੰਡ ਵਾਲੀ ਚਾਹ ਮਾੜੀ ਆ ਕਹਿੰਦੇ ਚੱਲ ਕਦੇ ਕਦੇ ਤਾਂ ਕੀ ਕਹਿੰਦੀ ਹੈ ਚੱਲ ਕੋਈ ਨਹੀਂ ਚਾਹ ਫਿਰ ਹੁਣ ਆਪਾਂ ਚੱਲ ਗਏ ਉਪੜਾ ਫਿਰ ਹਾਂ ਵਗ ਚੱਲ 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 ਕੇ ਰਹਿ ਤਾਂ ਲੈ ਰਹਿ ਨਹੀਂ ਮਾੜੀ ਅੱਛਾ ਉਹ ਆ ਜਾ ਤਾਂ ਉਰੀ ਧਰਦੇ ਆ ਝੋਲਾ ਜਿਹੜਾ ਧਰਦੇ ਆ ਲੈ ਦਾ ਫੜਾ ਦੇ ਖੁੰਡੇ ਬਿਨਾ ਨਹੀਂ ਪੁਰਾ ਜਾਂਦਾ ਆ ਜਾ ਆ ਜਾ ਹਾਂ ਨਾ ਪਹਿਲੀ ਦੀ ਮੇਰੇ ਸਾਲ ਦਾ ਸੂਏ ਟੱਪ ਜਾਂਦੇ ਕੱਸੀਆਂ ਟੱਪ ਜਾਂਦੇ ਖਾੜਿਆ ਦੇਖ ਲੈ ਹੁਣ ਤਾਂ ਖਾੜ ਨਹੀਂ ਟੱਪੀ ਦਾ ਪੁੱਤ ਓ ਤੁਸੀਂ ਤਾਂ ਉਹ ਆ ਉਮਰਾਂ 'ਚ ਵੀ ਤੁਰਿਆ ਤੁਰਿਆ ਫਿਰਦਾ ਮੈਨੂੰ ਐ ਲੱਗਦਾ ਜਿਹੜੇ ਹਿਸਾਬ ਨਾਲ ਮੈਂ ਤੂੰ ਹੀ ਰਹਿ ਰਹੀ ਆਂ ਮੈਂ ਤਾਂ ਮੰਜੇ ਤੋਂ ਚੱਕ ਕੇ ਹਗਾਉਣਾ ਪਿਆ ਕਰੂ ਐਂ ਤੇ ਕੋਈ ਨਹੀਂ ਐਂ ਹੁਣ ਕੀ ਪਤਾ ਹੈ ਚੱਲ ਆ ਜਾ ਮੈਂ ਕੱਢਦਾ ਗੱਡੀ ਉਹਨੇ ਚੱਲ ਗੱਡੀ ਤੇ ਜਾਏਗਾ ਹਾਂ ਉਹ ਗੱਡੀ ਤੇ ਚੱਲਦੇ ਆ ਚੱਲ ਆ ਕੀ ਹਾਲ ਅੜੀ ਹੈਪੀ ਆ ਫੋਨ ਜਲਾਈ ਜਾਂਦਾ ਜੀ ਕੀ ਆ ਕੀ ਹਾਲ ਆ ਬਾਈ ਹੋਰ ਬਾਈ ਕਿਵੇਂ ਫੋਨ ਜੇ ਵਾਲੇ ਕੀ ਗੱਲ ਆ ਜਾ ਦੱਸਦਾ ਮਾੜੀ ਜੀ ਗੱਲ ਕਰਨੀ ਸੀ ਉਹ ਮਨਿੰਦਰ ਵਾਲੀ ਟੈਨਸ਼ਨ ਲਈ ਵੀ ਉਹਦੇ ਲਈ ਗੱਲ ਦੀ ਅੱਛਾ ਅੱਛਾ
ਹੈਪੀ ਕਰਿਆ ਸੀ ਪਤਾ ਫਿਰ? ਹਾਂ ਉਹ ਕਰੀ ਸੀ ਗੱਲ ਮੈਂ ਤੇਰੀ ਲਾਡੀ। ਹਾਂ ਕੀ ਕਹਿੰਦੇ? ਉਹ ਆਪਣਾ ਇੱਥੋਂ ਕਲਿਆਣ ਸੁੱਖ ਦਾ ਮੰਤਰੀ ਆ ਤੇ ਉਹਦੇ ਮੰਨ ਕੇ ਉਹਦੇ ਵੱਲੋਂ ਕਹਾਇਆ ਸੀ ਮੈਂ ਆਪਣਾ ਆਰਸੀ ਮੰਤਰੀ। ਅੱਛਾ ਸਿੱਧਾ ਤਾਂ ਮੈਂ ਗੱਲ ਕਰਨੀ ਸੀ ਉਹਦੇ ਨਾਲ। ਅੱਛਾ ਤੂੰ ਕਹਿੰਦੇ ਸੀ ਹਾਂ ਕਹਿੰਦੇ ਕੋਈ ਚੱਕਰ ਨੀ ਤੁਹਾਡਾ ਆਪਣਾ ਉਹਦਾ ਬੰਦਾ ਨਾ ਆਪਣੇ ਬੂਟਾ ਸਰੀ ਹੋਣਗੇ ਹਨਾ। ਅੱਛਾ ਆਪਣਾ ਹਰ ਕੰਮ ਕਰ ਦਿੰਦੇ ਆ। ਚੱਲ ਵਧੀਆ ਗੱਲ ਆ ਆਪਣਾ ਕੰਮ ਛੇਤੀ ਹੋ ਜਾਏ। ਹੋਰ ਮਨਿੰਦਰ ਬਾਲੀ ਟੈਨਸ਼ਨ ਨਹੀਂ ਕਹਿੰਦੇ ਬਸ ਆ ਮੰਨ ਕੇ ਆਪ ਸਹੀ ਹੋਣਾ ਚਾਹੀਦਾ ਬੰਦਾ ਉਹ ਤਾਂ ਜਮਾ ਗਰੰਟੀ ਆ ਰੁਪਈਆ ਬੰਦਾ ਜਮਾ ਯਾਰ ਕੋਈ ਗੱਲ ਹੀ ਨਹੀਂ। ਉਹ ਕਹਿੰਦੇ ਬੇਫਿਕਰ ਹੋ ਬਾਕੀ ਜਿਹੜੇ ਮੇਰੇ ਹੱਥ ਆ ਬਾਕੀ ਜਿਹੜੇ ਮੁਲਾਜ਼ਮ ਮੁਲਾਜ਼ਮ ਸਾਰੇ ਆਪਣੇ ਆ ਜਾਂਦੀ ਆ ਉੱਧਰ। ਹੋਰ ਇੱਕ ਤਾਂ ਮੁਲਾਕਾਤ ਨਹੀਂ ਕਰਦਾ ਜੇ ਮੁਲਾਕਾਤ ਕਰੇ ਤਾਂ ਸਾਰੀ ਗੱਲਬਾਤ ਆਪਾਂ ਨੂੰ ਪਤਾ ਲੱਗ ਜੇ। ਠੀਕ ਹੈ ਮੁਲਾਕਾਤ ਤਾਂ ਹੋ ਜੂਗੀ ਹੋ ਜੂਗੀ ਉਹ ਮੁਲਾਕਾਤ ਤਾਂ ਹੁੰਦੀ ਆ ਵੀਰਵਾਰ ਵਾਲੇ ਨੇ ਕਹਿੰਦੇ ਵੀ ਆ ਜਾਓ ਕਰ ਦਿਓ ਪਰ ਆਪ ਨਹੀਂ ਨਾ ਆਉਂਦਾ ਉਹ। ਮੁਲਾਜ਼ਮਾਂ ਨਾਲ ਜਾ ਕੇ ਜੇ ਤੂੰ ਆਪ ਗੱਲਬਾਤ ਕਰਕੇ ਐਵੇਂ ਸਮਝਾ ਕੇ ਐਵੇਂ ਜਾ ਕੇ ਹਨਾ ਵੀ ਬਾਪੂ ਜੀ ਕੋਈ ਗੱਲ ਨੀ ਹਨਾ ਵੀ ਮੈਨੂੰ ਆਕਾਸ਼ ਨੇ ਭੇਜਿਆ ਤੂੰ ਮੇਰਾ ਨਾਂ ਲੈ ਜਾਂ ਮਨਿੰਦਰ ਦਾ ਨਾਂ ਲੈ ਦੀ ਬੇਫਿਕਰ ਹੋ ਕੇ ਬਾਹਰ ਬਸ ਠੀਕ ਬਾਕੀ ਉਹਦੀ ਗਲਤੀ ਬਸ ਤੂੰ ਮਾੜਾ ਮਨਿੰਦਰ ਨੂੰ ਹੌਸਲਾ ਦੇ ਬਾਹਲੀ ਗੱਲਬਾਤ ਟੈਨਸ਼ਨ ਲਈ ਜਾਂਦੀ ਕਦੀ ਮਾਂ ਬਾਹਲੇ ਫੋਨ ਲਾਉਂਦੀ ਆ ਮਨਿੰਦਰ ਮਾੜਾ ਦੱਸ ਦੀ ਮੈਨੂੰ ਬਾਹਰ ਰੋਜ਼ ਕਹਿੰਦੀ ਆ ਕਹਿੰਦੀ ਹੈਪੀ ਨੇ ਕੋਈ ਗੱਲਬਾਤ ਕਰੀ ਆ ਕਿ ਨਹੀਂ ਕਰੀ ਹਨਾ ਕੋਈ ਨਾ ਉਹਨੂੰ ਯਾ ਬਾਈ ਇਹ ਆਪਣਾ ਭਰਾ ਛੋਟਾ ਅੱਛਾ ਠੀਕ ਹੈ ਅਮਨਿੰਦਰ ਕਿਵੇਂ ਵਧੀਆ ਬਾਈ ਤੁਸੀਂ ਦੱਸ ਕਿਵੇਂ ਠੀਕ ਹੈ ਵਧੀਆ ਵਧੀਆ ਠੀਕ ਹੈ ਕੀ ਗੱਲ ਤੁਸੀਂ ਇੱਧਰ ਆ ਕੇ ਬੈਠ ਗਏ ਉੱਧਰ ਆ ਜਾਂਦੇ ਅੰਦਰ ਕੁਛ ਨਹੀਂ ਬਸ ਇੱਧਰੋਂ ਛੋਟੇ ਗੇਟ ਤੋਂ ਆਇਆ ਸੀਗਾ ਵੀ ਮੈਂ ਇੱਧਰ ਹੀ ਬਿਠਾ ਲਿਆ ਗੱਲਬਾਤ ਕਰ ਲਈ ਮੈਂ ਚੱਲ ਅੱਛਾ ਕੀ ਬਣਿਆ ਵੀਰੇ ਉੱਧਰ ਅਮਨਿੰਦਰ ਹੋਈ ਸੀ ਆਪਣੇ ਬੀਬਾ ਹਰ ਸਿੰਘ ਤਰ੍ਹਾਂ ਗੱਲ ਅੱਛਾ ਪੀਏ ਤੋਂ ਗੱਲ ਕਰਾਈ ਸੀਗੀ ਉਹ ਕਹਿੰਦੇ ਆਪਣਾ ਬੰਦਾ ਆਜੂ ਕਹਿੰਦੇ ਬਾਹਰ ਕੋਈ ਗੱਲ ਨੀ ਕਹਿੰਦੇ ਉਹਦੀ ਮਨ ਵਿੱਚ ਕੋਈ ਗਲਤੀ ਨਹੀਂ ਚਾਹੀਦੀ ਤੇ ਬੰਦਾ ਆਪਣਾ ਸੇਫ ਆ ਉਹ ਕਹਿੰਦੇ ਬੇਫਿਕਰ ਹੋ ਕੇ ਕਹਿੰਦੇ ਬੰਦਾ ਬਾਹਰ ਹੋ ਆਪਾਂ ਠੀਕ ਹੈ ਵੀਰੇ ਹਾਂ ਤੂੰ ਮਾਈਂਡ ਫ੍ਰੀ ਰਹਿ ਹੋਰ ਵੀ ਤੇਰੀ ਬਾਲੀ ਮਿਹਰਬਾਨੀ ਹੋਊਗੀ ਜੇ ਆ ਕੰਮ ਤੂੰ ਸਾਡਾ ਕਰਦੇ ਹੁਣ ਤਾਂ ਤੇਰੇ ਤੱਕ ਹੀ ਆਸ ਆ ਸਾਨੂੰ ਆਪਣੇ ਮਿਹਰਬਾਨੀਆਂ ਤੇ ਕਿਹੜੀ ਗੱਲ ਆ ਤੂੰ ਮੇਰੇ ਭੈਣਾ ਵਰਗੀ ਆ ਵੀ ਆਪਣਾ ਆਪ ਦਾ ਬੰਦਾ ਹੈ ਜੋ ਵੀ ਪੈਸਾ ਪੂਸਾ ਵੀ ਲੱਗੂਗਾ ਮੈਨੂੰ ਦੱਸ ਪੀ ਆ ਸਿੱਧੀ ਗੱਲ ਕਰ ਯਾਰ ਆਪਣੇ ਨਾਲ ਕੋਈ ਨਹੀਂ ਨਾ ਲੱਕੋ ਵਾਲੀ ਗੱਲ ਨਹੀਂ ਗਈ ਜਿੰਨਾ ਲੱਗਦਾ ਪੈਸਾ ਲਾਵਾਂਗੇ ਕਿਉਂ ਤੱਕ ਮੇਰਾ ਹੱਥ ਪੈਂਦਾ ਆਪਣਾ ਸੇਫ ਕੰਮ ਵਧੀਆ ਬਿਨਾ ਪੈਸੇ ਤੋਂ ਜੇ ਕੋਈ ਗੱਲਬਾਤ ਹੁੰਦੀ ਹੋਈ ਮੈਂ ਤੁਹਾਡੇ ਨਾਲ ਕਲੀਅਰ ਕਰ ਦੂੰ ਪਹਿਲੇ ਹਾਂ ਬਾਕੀ ਹੈਪੀ ਕਹਿੰਦਾ ਵੀ ਮੈਂ ਜਾ ਕੇ ਆਉਂਗਾ ਹੁਣ ਅੰਦਰ ਮੈਂ ਦੱਸਿਆ ਹੈਪੀ ਨੂੰ ਵੀ ਆ ਕੇ ਮੁਲਾਕਾਤ ਨਹੀਂ ਕਰਦੇ ਪਏ ਡੈਡੀ ਜੀ ਤਾਂ ਕਰਕੇ ਵੀ ਕਹਿੰਦਾ ਵੀ ਮੈਂ ਜਾ ਕੇ ਗੱਲਬਾਤ ਕਰਕੇ ਆਉਂ ਸਮਝਾ ਕੇ ਆਉਂਗਾ ਹਾਂ ਵੀਰੇ ਤੁਸੀਂ ਜਾ ਕੇ ਤੁਸੀਂ ਮਿਲ ਕੇ ਆਇਓ ਹਾਂ ਕੋਈ ਜਾ ਕੇ ਮੈਨੂੰ ਦੱਸਿਓ ਵੀ ਇਹੋ ਜੀ ਕੋਈ ਗੱਲ ਨਹੀਂ ਵੀ ਸਾਨੂੰ ਪਤਾ ਵੀ ਤੁਸੀਂ ਠੀਕ ਹੋ ਹਨਾ ਮਨ ਬਣਾ ਲਿਆ ਸੀ ਵੀ ਕਾਨੂੰ ਭਰਾ ਤੇ ਵਾਰ ਕਰਨਾ ਜਵਾਕੜੀ ਦਾ ਕਰਕੇ ਉਹਨਾਂ ਨੇ ਜਵਾਕੜੀ ਗੋਦ ਪਾਤੀ ਸੀ ਤਾਂ ਕਰਕੇ ਫਿਰ ਮੈਂ ਕਾਹਨੂੰ ਮੁਲਾਜ਼ਮਾਂ ਜੀ ਗੱਲ ਇਹ ਹੈ ਹੁਣ ਪਹਿਲਾਂ ਤਾਂ ਇਹ ਜ਼ਮੀਨ ਦਾ ਕੇਸ ਆ ਜੀ ਇਹ ਕਰਨਾ ਆਪਾਂ ਨੇ ਇਹ ਕਰੀ ਹੋਇਆ ਇਹਦਾ ਚੱਲਣਾ ਇਹ ਵਾਪਸ ਨਹੀਂ ਸੀ ਲੈਂਦੇ ਕਿਸੇ ਵੀ ਹਾਲਤ ਚ ਪਹਿਲਾਂ ਅੱਧੀ ਜ਼ਮੀਨ ਤੇ ਲਾਇਆ ਸੀ ਤਾਂ ਇਹ ਸਾਰੀ ਜ਼ਮੀਨ ਇਹਦੀ ਹੈ ਜੀ ਅੱਛਾ ਮੈਂ ਇਹਦਾ ਫੁੱਫੜ ਹੈ ਮੈਂ ਸਾਰੇ ਮਤਲਬ ਕਿ ਜਾਮਣੀ ਇਸ ਗੱਲ ਦਾ ਵੀ ਠੀਕ ਹੈ ਜਾਮਣੀ ਇੱਕ ਗੱਲ ਆ ਕੇਸ ਨਾਲ ਹੋਰ ਚਲਾਵਾਂਗੇ ਇਹਦੇ ਮਾਂ ਪਿਓ ਦਾ ਅੱਛਾ ਜੀ ਇਹਦੇ ਮਾਂ ਪਿਓ ਦਾ ਸਮਝ ਲਾ ਵੀ ਕਤਲ ਕਰਕੇ ਇਹਦੀ ਮਾਂ ਨੂੰ ਤੇ ਇਹਨੂੰ
ਠੀਕ ਹੈ ਇਹਦੀ ਮਾਂ ਦਾ ਕਤਲ ਕਰਕੇ ਇਹਨੂੰ ਬਾਹਰ ਕਰਤਾ ਜੀ। ਅੱਛਾ ਜੀ, ਹਾਂ ਚਲੋ ਜੀ ਸਿੱਧੀ ਗੱਲ ਇਹ ਹੈ ਜੇ ਤਾਂ ਤੁਸੀਂ ਸਹੀ ਹੋ ਹਾਂ ਫਿਰ ਤਾਂ ਮੈਂ ਤੁਹਾਡੇ ਨਾਲ ਖੜਾ। ਨਾ ਆਪਾਂ ਸਹੀ ਹਾਂ ਜੀ, ਜੇ ਤੁਸੀਂ ਸਹੀ ਹੋ ਤਾਂ ਮੈਂ ਤੁਹਾਡੇ ਨਾਲ ਖੜਾ, ਆਪਾਂ ਜਿੱਤਾਂਗੇ ਵੀ ਜ਼ਰੂਰ। ਠੀਕ ਹੈ, ਘੱਟੋ ਘੱਟ 20-25 ਸਾਲਾਂ ਬਾਅਦ ਇਹਦੇ ਕੋਲ ਆਇਆ ਹੁਣ। ਅੱਛਾ, ਮੁੜ ਮੈਂ ਇਹਦੇ ਨਾਲ ਗੱਲਬਾਤ ਹੀ ਨੀ ਹੋਈ ਵਿਚਾਰੇ ਨਾਲ, ਉਹ ਮੈਨੂੰ ਕੱਲੀ ਕੱਲੀ ਗੱਲ ਦਾ ਪਤਾ। ਠੀਕ ਹੈ, ਜਿਹੜਾ ਇਹਦਾ ਮੁਲਕ ਜਿਨ੍ਹਾਂ ਨੇ ਜ਼ਮੀਨ ਦੱਬੀ ਹੋਈ ਹੈ ਉਹਨਾਂ ਨੇ ਇਹਦੀ ਮਾਂ ਮਾਰੀ ਹੈ। ਠੀਕ ਹੈ, ਗਾਹਾਂ ਉਹਨਾਂ ਦਾ ਪਿਓ ਨੇ ਫਿਰ ਫੇਰ ਮਾਰਤਾ, ਤੇ ਉਹ ਵੀ ਮਾਰਤਾ, ਨਾਲੇ ਜ਼ਮੀਨ ਦਾ ਭਰੀ, ਨਾਲੇ ਘਰ ਰੱਖ ਲਿਆ, ਨਾਲੇ ਆਪ ਰਾਜ ਕਰਦੇ ਨੇ ਇਹ ਵਿਚਾਰੇ ਕੱਖੋਂ ਹੋਲੇ ਹੋਏ ਫਿਰਦੇ ਨੇ ਜਵਾਕ। ਐਂ ਗੱਲ ਹੈ ਸਾਰੀ ਬਸ, ਬਾਕੀ ਤੁਹਾਨੂੰ ਪਤਾ ਤੁਹਾਡੀ ਲਿਖਤਾਂ। ਬਾਕੀ ਵਕੀਲ ਸਾਹਿਬ ਹੈ ਮਿਹਨਤੀ ਆ, ਹੁਣ ਤਾਂ ਵੀ ਚੱਲ ਜ਼ਮੀਨ ਖਾਤਰ ਤਾਂ ਮੈਂ ਪਿੱਛੇ ਹਟ ਵੀ ਜਾਂਦਾ, ਪਰ ਜਿਹੜਾ ਮੇਰੀ ਮਾਂ ਦਾ ਤੇ ਮੇਰੇ ਪਿਓ ਦਾ ਕਤਲ ਕਰਿਆ ਉਹਨਾਂ ਨੇ, ਜੇ ਉਹਨਾਂ ਦੀ ਸਜ਼ਾ ਉਹਨਾਂ ਨੂੰ ਨਾ ਦਵਾਈ ਫਿਰ ਇਹਨਾਂ ਨੂੰ ਦੇਖ ਕੇ 2-4 ਜਣੇ ਇਹਨਾਂ ਨੂੰ ਹੋਰ ਕਰਨਗੇ। ਸਹੀ ਗੱਲ ਹੈ, ਅਸਲ ਤਾਂ ਆਪਾਂ ਨੇ ਮਾਂ ਨਾਲ ਹੀ ਲੜਨਾ ਜੀ ਕਿ ਪਿਓ ਦਾ ਭੈਣ ਮਰਾ ਪਿਆ, ਜਦੋਂ ਪਿਓ ਨੇ ਫਾਹ ਮੂਹਰੋਂ ਲਿਆ ਤਾਂ ਮਰਿਆ ਮੇਰਾ ਸਾਲਾ, ਕਾਹਨੂੰ ਸੱਚੀਆਂ ਕਹੋ ਨੀ ਜੀ, ਪਿਓ ਨੇ ਦੂਜਾ ਵਿਆਹ ਕਰਾਇਆ ਕਾਹਨੂੰ ਮਰਦਾ ਜਨਾ ਕਰਾਉਂਦਾ ਨਹੀਂ। ਸਹੀ ਗੱਲ ਹੈ, ਹੋਰ ਦੂਜਾ ਵਿਆਹ ਕਰਾ ਲਿਆ ਅਗਲੀਆਂ ਜ਼ਮੀਨ ਦੇ ਦਾਜ ਉਹਦਾ ਦੱਬ ਤਾਂ ਘੰਟ ਉਹ ਮੀਚ ਕੇ ਅੱਖਾਂ ਭਾਈ, ਅਸੀਂ ਤਾਂ ਮਾਂ ਵਾਲਾ ਕੇਸ ਲੜਨਾ, ਮਾਂ ਦੀ ਇਹਦੀ ਵਿਚਾਰੀ ਯਾਰ ਉਹ ਬੇਹੱਕੀ ਮਾਰੀ ਗਈ। ਕਰਾਉਣੀ ਪਊ ਥਾਣੇ ਚ ਤਾਂ ਕਹਿਣਾ ਹੀ ਪਊ, ਹੈਨਾ। ਬਾਕੀ ਫਿਰ ਦੇਖਦੇ ਆ ਗਾਂਗਾ, ਜਿਵੇਂ ਤੁਸੀਂ ਕਹੋਗੇ ਤੁਹਾਡੇ ਨਾਲ ਆ, ਕੋਈ ਪੈਸੇ ਧੇਲੇ ਦੀ ਪ੍ਰਵਾਹ ਨਾ ਕਰਿਓ। ਠੀਕ ਆ, ਬਸ ਆਪਾਂ ਉਹਨਾਂ ਨੂੰ ਸਜ਼ਾ ਦਵਾਉਣੀ ਆ। ਠੀਕ ਹੈ ਜੀ, ਠੀਕ ਹੈ।